I can feel the blood creeping up from the heathens. Got will, got fight, got pride, got reason. If they wanna go eat, then you know I'm gonna feed them. ਹਾਂਜੀ ਅੱਜ ਹੋਈ ਆ ਨਵੇਂ ਦਿਨ ਦੀ ਸ਼ੁਰੂਆਤ ਇੱਕ ਨਵੀਂ ਕਾਰ ਦੇ ਨਾਲ ਤੇ ਜਿਵੇਂ ਕਿ ਮੈਂ ਕੱਲ੍ਹ ਵਲੌਗ 'ਚ ਇਸੇ ਵਲੌਗ 'ਚ ਦੱਸਿਆ ਸੀ ਤੁਹਾਨੂੰ ਕਿ ਗੱਡੀ ਦਾ ਟੂ ਕੱਲ੍ਹ ਦੇਵਾਂਗੇ ਅਤੇ ਹੁਣ ਜਦੋਂ ਅਸੀਂ ਉੱਠੇ ਤਾਂ ਆਪਾਂ ਕਾਰ ਦੀ ਹਾਲਤ ਦੇਖੀ ਪਰ ਬਹੁਤ ਮਾੜੀ ਹੋ ਚੁੱਕੀ ਹੈ ਕਿਉਂਕਿ ਮੀਂਹ ਪਿਆ ਸੀਗਾ ਫੋਨ 'ਚ ਘੱਟ ਪਤਾ ਲੱਗਦਾ ਪਰ ਉਹ ਦੇਖੇ ਤਾਂ ਜ਼ਿਆਦਾ ਪਤਾ ਲੱਗਦਾ ਅਤੇ ਗੱਡੀ ਅਸੀਂ ਹੁਣ ਮੁਕਤਸਰ ਚੱਲੇ ਹਾਂ ਸਾਰੀ ਧਵਾ ਕੇ ਫਿਰ ਤੁਹਾਨੂੰ ਪ੍ਰੋਪਰ ਰਿਵਿਊ ਸਾਰਾ ਉਦੋਂ ਮੁਕਤਸਰ ਜਾ ਕੇ ਦੇਵਾਂਗੇ ਜਦੋਂ ਧਵਾਤੀ ਅੰਦਰੋਂ ਸਾਰੀ ਕਲੀਨ ਹੋਊਗੀ ਅਤੇ ਉੱਥੇ ਜਾ ਕੇ ਸਾਰੀਆਂ ਗੱਡੀ ਦੇ ਫੀਚਰ ਜਿਹੜੇ ਵੀ ਹੈਗੇ ਆ ਜਿਹੜੇ ਇਹਦੇ 'ਚ ਦੂਸਰੀ ਨਾਲੋਂ ਜ਼ਿਆਦਾ ਆ ਸੋ ਗੱਡੀ ਹੁਣ ਸੈਕਿੰਡ ਓਨਰ ਆਪਣੇ ਨਾਂ ਹੋ ਜੂਗੀ ਅਤੇ ਇਹਦਾ ਵੀ ਥੋੜ੍ਹਾ ਜਿਹਾ ਬੈਨੀਫਿਟ ਹੁੰਦਾ ਕਈ ਯਾਰ ਗੱਡੀਆਂ ਇੱਥੇ ਸੈਕਿੰਡ ਓਨਰ ਹੁੰਦੀਆਂ ਸੋ ਥਰਡ ਓਨਰ ਹੁੰਦੀਆਂ ਉਹਦਾ ਰੇਟ ਇੰਪੈਕਟ ਕਾਫੀ ਪੈਂਦਾ ਉਹਦੇ ਨਾਲੋਂ ਅਤੇ ਚਲੋ ਚੱਲਦੇ ਹਾਂ ਮੁਕਤਸਰ ਹੁਣ ਇੱਥੋਂ ਦਿੱਲੀ ਉਤਰਨ ਲੱਗੇ ਹੋਟਲ 'ਚੋਂ ਨਿਕਲੇ ਸੀ ਹੁਣੇ ਰਾਤ ਕਾਫੀ ਲੇਟ ਸੁੱਤੇ ਹੁਣ ਟਾਈਮ ਹੋ ਚੁੱਕੇ 11:40 ਅਤੇ ਇਦੋਂ ਬਾਅਦ 'ਚ ਰਾਸਤੇ 'ਚ ਬ੍ਰੇਕਫਾਸਟ ਕਰਦੇ ਹਾਂ ਚਾਹ ਚੂ ਪੀਂਦੇ ਹਾਂ ਹਜੇ ਕੁਛ ਖਾਧਾ ਪੀਤਾ ਨਹੀਂ ਗਾ ਅਤੇ ਫਿਰ ਤੁਹਾਨੂੰ ਮੁਕਤਸਰ ਜਾ ਕੇ ਪੂਰਾ ਗੱਡੀ ਦਾ ਰਿਵਿਊ ਦਿੰਦੇ ਹਾਂ ਇੱਕ ਆਟੋਮੈਟਿਕ ਦਾ ਆਹੀ ਨਜ਼ਾਰਾ ਜੇ ਆਪਣਾ ਇੱਧਰਲਾ ਪੈਰ ਥੱਕ ਜੇ ਤਾਂ ਐਵੇਂ ਬੈਠ ਸਕਦੇ ਹਨਾ ਹੁਣ ਮੈਂ ਇਹਨੂੰ ਬਹੁਤ ਹੀ ਸਮੂਥ ਡਰਾਈਵ ਕਰ ਰਿਹਾ ਸੀਗਾ ਅਤੇ ਐਵਰੇਜ ਆਟੋਮੈਟਿਕ ਦੀ ਬਹੁਤ ਜਾਣੇ ਕਹਿੰਦੇ ਆ ਘੱਟ ਆ ਅਤੇ ਮੈਂ ਨੈੱਟ 'ਤੇ ਵੀ ਦੇਖਿਆ ਘੱਟ ਹੁੰਦੀ ਹੈ ਇਹਦੀ ਐਵਰੇਜ ਪਰ ਜਿੰਨੀ ਆਪਾਂ ਸਮੂਥ ਚਲਾਵਾਂਗੇ ਕਿਉਂਕਿ ਗੱਡੀ ਨੂੰ ਨਾ ਇੱਕ ਇਹਦੇ ਗੇਅਰ ਸ਼ਿਫਟ ਹੁੰਦੇ ਆ ਕਿਤੇ ਇਹਨੇ ਆਪਣੀ ਮਰਜ਼ੀ ਨਾਲ ਆਪਾਂ ਧੱਕਾ ਕਰਕੇ ਗੇਅਰ ਪਾਉਣਾ ਉਹਦੇ ਨਾਲੋਂ ਜਦੋਂ ਆਪਾਂ ਜਮਾਂ ਸਮੂਥ ਚਲਾਉਂਦੇ ਹਾਂ ਤਾਂ ਇਹ ਮੈਨੂਅਲ ਨਾਲੋਂ ਐਵਰੇਜ ਵੱਧ ਦਿੰਦੀ ਹੈ ਕਿਉਂਕਿ ਮੇਰੇ ਕੋਲ ਸਵਿਫਟ ਵੀ ਆਟੋਮੈਟਿਕ ਰਹੀ ਹੈ ਜਿੱਥੇ ਮੈਨੂਅਲ 24 ਦੀ ਐਵਰੇਜ ਦਿੰਦੀ ਸੀ ਤਾਂ ਮੈਂ ਸਵਿਫਟ ਤੋਂ 28 ਦੀ ਐਵਰੇਜ ਵੀ ਕੱਢੀ ਵੀ ਆ ਅਤੇ ਜਿਹੜੀ ਮੇਰੀ ਮੈਨੂਅਲ ਫਾਰਚੂਨਰ ਸੀ ਉਹਦੇ 'ਚ ਮੈਂ ਹਾਈਐਸਟ ਐਵਰੇਜ ਕੱਢੀ ਵੀ ਆ 14 ਦੀ ਅਤੇ ਇਹਦੀ ਮੈਂ ਐਵਰੇਜ ਮਤਲਬ 70-80 ਤਾਂ ਮੈਂ ਨਹੀਂ ਕਹਿੰਦਾ 100 'ਤੇ ਦਿੰਦੀ ਹੈ 100 'ਤੇ ਵੀ ਟੈਸਟ ਕਰਾਂਗੇ ਕਿਉਂਕਿ 100 'ਤੇ ਹਜੇ ਮੈਂ ਚਲਾਈ ਨਹੀਂ ਕਿ ਬਾਹਰ ਨਿਕਲਦੇ ਹਾਂ ਪੈਰੀਫੈਰੀ ਲਾਈ ਵੀ ਅਤੇ ਉਦੋਂ ਕਰਦੇ ਹਾਂ ਅਤੇ ਹੁਣ 15.7 ਦੀ ਐਵਰੇਜ ਦੇ ਰਹੀ ਹੈ ਇਹ ਮਤਲਬ ਇੰਸਟੈਂਟ ਐਵਰੇਜ ਹੈ ਜੇ 40 ਕੁ ਕਿਲੋਮੀਟਰ ਹੋ ਗਿਆ ਉਹਨਾਂ ਨੂੰ 40 ਕਿਲੋਮੀਟਰ ਦੀ 15.7 'ਤੇ ਖੜੀ ਆ ਹੁਣ 8 ਹੋ ਗਈ ਅਤੇ ਇਸ ਹਿਸਾਬ 'ਚ ਜੇ ਆਪਾਂ ਦੇਖਿਆ ਜਾਵੇ ਤਾਂ ਐਵਰੇਜ ਬਹੁਤ ਚੰਗੀ ਹੈ ਜੇ ਬੰਦਾ ਨੋਰਮਲ ਡਰਾਈਵ ਕਰਦਾ ਅਤੇ ਜਿੰਨਾ ਸਮੂਥ ਗੱਡੀ ਨੂੰ ਚਲਾਵਾਂਗੇ ਤਾਂ ਗੱਡੀ ਆਪਾਂ ਨੂੰ ਓਨਾ ਹੀ ਆਪਣਾ ਸਾਥ ਦਿੰਦੀ ਆ ਹਨਾ ਇਹ ਤਾਂ ਚੀਜ਼ ਤੂੰ ਅਜਮਾ ਲਈ ਨਾ ਕੋਈ ਐਕਸਟਰਾ ਆਵਾਜ਼ ਹੀ ਨਹੀਂ ਆਉਂਦੀ ਪਈ ਇਹਦੀ ਗੱਡੀ ਦੀ ਸਵੇਰ ਦਾ ਰੋਟੀ ਪਾਣੀ ਆਪਾਂ ਨਹੀਂ ਖਾਧਾ ਹੁਣ ਆਪਾਂ ਮੰਨਤ ਹਵੇਲੀ 'ਤੇ ਰੁਕਦੇ ਹਾਂ ਪਹਿਲਾਂ ਪਿੱਛੇ ਢਾਬਾ ਸੀਗਾ ਇਹ ਹੁਣ ਮੰਨਤ ਹਵੇਲੀ ਖੁੱਲ੍ਹੀ ਆ ਅਤੇ ਰਸ਼ ਹੀ ਬੜਾ ਯਾਰ ਇਹ ਖੋਲ੍ਹੀ ਆ ਰੋਹਤਕ ਜਿਹੜਾ ਆਪਣਾ ਇੱਥੇ ਮਿਲਣ ਢਾਬਾ ਸਾਰੇ ਮਹਾਰਾਜਾ ਢਾਬਾ ਸਾਰਾ ਨਾ ਫੇਮਸ ਸੀਗਾ ਉਹਦੇ ਜਮਾਂ ਬਰਾਬਰ ਖੁੱਲ੍ਹੀ ਆ ਇੱਥੇ ਰੁਕਦੇ ਹਾਂ ਹੁਣ ਹੁਣ ਅਸੀਂ ਜਾਂਦੇ ਥੋੜ੍ਹਾ ਜਿਹਾ ਸੋਚਿਆ ਬਠਿੰਡੇ ਇੱਕ ਆਫ ਰੋਡਿੰਗ ਦੀ ਜਗ੍ਹਾ ਬਣੀ ਹੋਈ ਹੈ ਸੋ ਅਸੀਂ ਜਾਵਾਂਗੇ ਡੱਬ ਵਾਲੇ ਵਿੱਚ ਦੀ ਅਤੇ ਇਹਦਾ ਆਫ ਰੋਡਿੰਗ ਟੈਸਟ ਵੀ ਕਰਾਂਗੇ ਕਿਉਂਕਿ ਬਾਕੀ ਸਾਰੇ ਟੈਸਟ ਹੋ ਚੁੱਕੇ ਨੇ ਅਤੇ ਮਤਲਬ ਇਹਦੀ ਇੱਕ ਇੱਕ ਚੀਜ਼ ਵਰਕਿੰਗ 'ਚ ਆ ਦੋ ਨੈਗੇਟਿਵ ਪੁਆਇੰਟ ਜਿਹੜੇ ਇਹਦੇ ਮੈਨੂੰ ਮਿਲੇ ਆ ਹਜੇ ਤੱਕ ਇੱਕ ਤਾਂ ਇਹਦੀ ਪਿਛਲੀ ਬੈਕ ਲਾਈਟ ਉਹਦੇ 'ਚ ਇੱਕ ਬਲਬ ਨਹੀਂ ਜਗਦਾ ਉਹ ਬਲਬ ਤਾਂ ਚਲੋ ਪੈ ਜਾਂਦਾ ਹੁੰਦਾ ਠੀਕ ਆ ਅਤੇ ਦੂਜਾ ਕੀ ਸੀਗਾ ਆਪਾਂ ਕੀ ਨਹੀਂ ਚੱਲਦਾ ਸੀ ਇੱਕ ਜਿਹੜੇ ਤੇ ਸਾਈਡ ਮਿਰਰ ਆ ਉਹ ਜਦੋਂ ਆਪਾਂ ਬੰਦ ਕਰਦੇ ਨਾ ਬਟਨ ਤੋਂ ਉਹ ਬੰਦ ਨਹੀਂ ਹੁੰਦੇ ਜਦੋਂ ਦੁਬਾਰਾ ਸਵਿੱਚ ਲਾਉਂਦੇ ਉਦੋਂ ਬੰਦ ਹੁੰਦੇ ਆ ਤਾਂ ਦਿਖਾਉਣਾ ਪਊਗਾ ਅਤੇ ਬਾਕੀ ਹਰੇਕ ਪ੍ਰੋਜੈਕਟਰ ਚੱਲਦਾ ਅਗਲੀ ਲਾਈਟ ਵਾਲਾ ਵੀ ਫੋਗ ਲੈਂਪ ਵਗੈਰਾ ਸਾਰੇ ਫੁੱਲ ਵਰਕਿੰਗ ਕੰਡੀਸ਼ਨ 'ਚ ਜਿਹੜਾ ਅਲੱਗ ਤੋਂ ਫੀਚਰ ਹੈਗਾ ਇਹ 'ਚ ਟਰੈਕਸ਼ਨ ਕੰਟਰੋਲ ਵੀ ਹੈਗਾ ਉਹ ਮੇਰੇ ਵਾਲੀ ਕਾਰ 'ਚ ਨਹੀਂ ਸੀਗਾ 2015 'ਚ ਇੱਕ ਕਰੂਜ਼ ਕੰਟਰੋਲ ਆ ਗਿਆ ਸੀ ਇੱਕ ਜਿਹੜੇ ਉਹ ਪਰਲੇ ਸਾਈਡ 'ਤੇ ਉਹ ਬਟਨ ਉਹ ਉੱਧਰ ਆ ਗਏ ਸੀ ਮੇਰੇ ਵਾਲੀ ਦੇ ਇੱਥੇ ਸੀਗੇ ਅਤੇ ਬਾਕੀ ਇੰਟੀਰੀਅਰ ਸਾਰਾ ਤੁਸੀਂ ਦੇਖ ਹੀ ਸਕਦੇ ਹੋ ਸਾਰਾ ਏ ਟੂ ਜੈਡ ਬਲੈਕ ਆ ਅਤੇ ਬਲੈਕ ਐਂਡ ਗ੍ਰੇ ਦਾ ਇੰਟੀਰੀਅਰ ਆ ਮੇਰੇ ਵਾਲੇ ਦਾ ਸੀਗਾ ਬੀਜ ਐਂਡ ਬਲੈਕ ਸੀਗਾ ਅਤੇ ਹੁਣ ਜਿਹੜਾ ਬਠਿੰਡੇ ਦਾ ਇੱਕ ਆਫ ਰੋਡਿੰਗ ਪੈ ਜਾਊ ਅਤੇ ਇਹਦੇ ਸਾਰੇ ਆਪਾਂ ਹਰ ਟੈਸਟ ਕਰਾਂਗੇ ਹੁਣ ਅਸੀਂ ਆਏ ਸੀ ਦਿਨ ਖੜੇ ਖੜੇ ਅਸੀਂ ਬਾਬਾ ਪਹੁੰਚ ਗਏ ਬਠਿੰਡੇ ਅਤੇ ਡੀਜ਼ਲ ਇਹਦੇ 'ਚ ਘੱਟ ਹੀ ਗਿਆ ਸੀਗਾ ਮਤਲਬ ਇਹ 7.5-7 ਰੁਪਏ ਕਿਲੋਮੀਟਰ ਪਈ ਆ ਅਸੀਂ ਹਾਲਾਂਕਿ ਕਾਫੀ ਖਿੱਚੀ ਲਿਆਏ ਹਾਂ 7.5-7.8 ਅਤੇ 12 ਦੀ ਇਹਨੇ ਐਵਰੇਜ ਦਿੱਤੀ ਆ ਬਹੁਤ ਚੰਗੀ ਐਵਰੇਜ ਦਿੱਤੀ ਆ ਅਤੇ ਹੁਣ ਅਸੀਂ ਇਹਦਾ ਕਰਾਂਗੇ 4x4 ਟੈਸਟ ਇਹਨੂੰ ਲੋ ਹਾਈ 'ਚ ਸਾਰਾ ਕੁਛ ਪਾ ਕੇ ਇੱਥੇ ਟੱਬਾ ਗਿਆ ਸੋ ਟਰੈਕ ਬਣਿਆ ਹੋਇਆ
ਤੇ ਆਪਾਂ ਅੱਜ ਫੋਰਚੂਨਰ ਦੀ ਆਫ ਰੋਡਿੰਗ ਕਰਦੇ ਹਾਂ। ਸੋ ਪਹਿਲੀ ਵਾਰ ਕਰਨ ਲੱਗਿਆ, ਪਹਿਲਾਂ 4x2 ਚੜਾਈ ਸੀ, ਉਹ ਚੜ ਤਾਂ ਗਈ ਸੀ ਪਰ ਉਹ ਤੇ ਡਰ ਲੱਗਦਾ ਵੀ ਮੁੰਡੇ ਖੁੱਬ ਖੁੱਬ ਨਾ ਜਾਵੇ, ਬਾਹਲਾ ਤੇ ਪੰਗਾ ਲਿਆ ਨੀ। ਹੁਣ ਜਾਂਦੇ ਹਾਂ, ਤੇਲ ਪਵਾਇਆ ਪਹਿਲਾਂ ਨਾ ਯਾਰ, ਰੇਂਜ 9 ਕਿਲੋਮੀਟਰ ਰਹਿ ਗਈ ਸਾਨੂੰ, ਆਏ ਸੀਗਾ ਕਿਤੇ ਤੇਲ ਦੋਲਾ ਖੜ ਜੇ ਇੱਥੇ ਘਰ, ਕਿਉਂ ਆਲ ਟਾਈਮ ਫੁੱਲ ਵੀਲ ਫੋਰ ਵੀਲ ਡਰਾਈਵ ਆ, ਤੇਲ ਆਏ ਤਾਂ ਹੈ ਨੀ ਗਾ, ਪਰ ਕਈ ਯਾਰ ਜ਼ੋਰ ਲੱਗਣ ਲੱਗ ਪਏ ਨਾ, ਉਦੋਂ ਜ਼ਿਆਦੇ ਪਾਵਰ ਚਾਹੀਦੀ ਹੁੰਦੀ ਆ ਤੇ ਉਦੋਂ ਤੇਲ ਦੀ ਕੰਜਮਪਸ਼ਨ ਜ਼ਿਆਦੇ ਤੇਜ਼ ਹੋ ਜਾਂਦੀ ਆ। ਦੇਖੋ ਇਹ ਟਿੱਬੇ ਆ ਇੱਥੇ, ਹੁਣ ਆਪਾਂ ਇਹਨੂੰ ਇੱਕ ਵਾਰੀ ਨਿਊਟਰਲ ਤੇ ਕਰ ਲਿਆ, ਪਾਰਕਿੰਗ ਤੇ ਕਰ ਲੈਂਦੇ ਆ, ਤੇ ਇੱਥੋਂ ਆਪਾਂ ਦੇਖਦੇ ਆ ਇੱਥੇ ਲਿਆ ਕੇ। ਇੱਥੇ ਵੈਸੇ ਇੰਨੀ ਛੇਤੀ ਲੋਡ ਨਹੀਂ ਪੈਣੀ ਇਹਦੀ, ਆਪਾਂ ਉੱਧਰ ਉੱਤੇ ਚੜਾਉਂਦੇ ਆ। ਮੈਨੂੰ ਮਹਿਸੂਸ ਹੋ ਰਿਹਾ ਕਾਰ ਦਾ 4x4 ਲੱਗ ਕੇ। ਸੋ ਆਹ ਕਾਫੀ ਹੈਲਪ ਕਰਦਾ ਆਪਣੀ ਕਾਰ ਲਈ, ਆਪਾਂ ਸਲੋ ਤੇ ਕਰਾਂਗੇ, ਕੋਈ ਐਕਸਟ੍ਰੀਮ ਆਫ ਰੋਡਿੰਗ ਜੀ ਨਹੀਂ ਕਰਨੀ। ਆ ਵੇਖੋ ਬਹੁਤ ਹੀ ਪਿਆਰ ਨਾਲ ਚੜ ਰਹੀ ਹੈ ਇੱਥੇ। ਬਾਈ ਜੀ ਨੇ ਕੰਡਾ ਮਰਾ ਲਿਆ ਪੈਰ ਚ, ਕਿੰਨਾ ਕੁ ਵੱਜਿਆ ਹੈ? ਤੇਰੇ ਆਪਦੇ ਤਾਂ ਨੀ ਵੱਜਿਆ ਅੰਦਰ? Tell me what's wrong and why you never said you felt that way. Guess you're trying to stay strong and fake a smile until I look. ਫਾਈਨਲੀ 7 ਘੰਟੇ 'ਚ ਪਹੁੰਚ ਗਏ ਨਾ ਆਪਾਂ, ਵਿੱਚ ਸਾਨੂੰ 1/2 ਘੰਟਾ ਆਫ ਰੋਡਿੰਗ ਜੀ ਕੀਤੀ ਉੱਥੇ ਲੱਗਿਆ, ਅਤੇ 1/2 ਘੰਟਾ ਅਸੀਂ ਰੋਟੀ ਖਾਧੀ ਸੀ ਉੱਥੇ ਲੱਗਿਆ, ਅਤੇ 7 ਘੰਟੇ 'ਚ ਪਹੁੰਚਦੇ, 1 ਘੰਟਾ ਅਸੀਂ ਕੱਢ ਦਈਏ ਅਤੇ ਵੈਸੇ ਵੀ ਰੁਕ ਤੇ ਰੁਕਾਉਂਦੇ ਹੀ ਆਏ ਹਾਂ ਵਿੱਚ, ਮਤਲਬ ਟੋਟਲ ਸਮਾਂ 5.5 ਘੰਟੇ ਲੱਗਿਆ ਸਾਨੂੰ ਆਉਣ 'ਤੇ, ਹੈ ਨਾ, ਉਹ ਵੀ ਦਿੱਲੀ ਦੇ ਵਿਚਾਲੇ। ਦਿੱਲੀ ਦੇ ਕਾਫੀ ਆਫ ਰੋਡਿੰਗ ਤੁਸੀਂ ਦੇਖ ਹੀ ਲਈ ਹੋਊਗੀ, ਕੱਲ ਸਾਨੂੰ ਹਜੇ ਇੰਨਾ ਟਾਈਮ ਹਨੇਰਾ ਜ਼ਿਆਦਾ ਹੋ ਗਿਆ ਸੀ, ਸੋ ਅਸੀਂ ਕਰ ਨਹੀਂ ਪਾਏ। ਅੱਜ ਵੀ ਹਜੇ ਮੀਂਹ ਹੈਗਾ ਥੋੜ੍ਹਾ ਜਿਹਾ, ਰੱਬ ਸਾਡਾ ਵੀ ਵੈਰੀ ਬਣਿਆ ਹੋਇਆ ਕਹਿੰਦਾ ਆਫ ਰੋਡਿੰਗ ਕਰ ਨਹੀਂ ਦੇਣੀ। ਅਤੇ ਚਲੋ ਪਹਿਲਾਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਈਏ ਬਈ ਇਹਦਾ ਯੂਜ਼ ਕਿਵੇਂ ਹੁੰਦਾ ਜਿਹੜਾ ਇਹ ਗੇਅਰ ਆ। ਸੋ ਜਿਹੜਾ ਐਚ ਆ ਇਹ, ਮਤਲਬ ਆਪਾਂ ਹਾਈ ਸਪੀਡ 'ਤੇ ਚਲਾਉਣੀ ਹੁੰਦੀ ਹੈ ਕਾਰ, ਜਿਵੇਂ ਨੋਰਮਲ 4x4 ਫੁੱਲ ਟਾਈਮ ਰਹਿੰਦੀ ਆ, ਐਚ ਵਾਲਾ ਇਹ ਹੁੰਦਾ, ਇਹਦੇ 'ਚ 70% ਪਾਵਰ ਹੁੰਦੀ ਆ ਰੀਅਰ ਵੀਲਸ ਅਤੇ 30% ਹੁੰਦੀ ਆ ਅਗਲੇ ਵੀਲਸ, ਇਹ ਆਪਾਂ ਨੋਰਮਲ ਚਲਾਉਂਦੇ। ਅਤੇ ਜਿਹੜਾ ਐਚ ਐਲ ਆ, ਮਤਲਬ ਇਹ ਹੁੰਦਾ ਜਦੋਂ ਆਪਾਂ ਆਫ ਰੋਡਿੰਗ ਕਰਨੀ ਆ, ਅਤੇ 50% ਪਾਵਰ ਹੋ ਜਾਂਦੀ ਆ, ਅਗਲੇ ਟਾਇਰ ਵੀ 50% ਪਾਵਰ ਹੁੰਦੀ ਆ ਅਤੇ ਪਿਛਲਿਆਂ 'ਚ ਵੀ। ਦੈਨ ਜਦੋਂ ਆਪਾਂ ਜ਼ਿਆਦਾ ਐਕਸਟ੍ਰੀਮ ਕੰਡੀਸ਼ਨ 'ਚ ਹੁੰਦੇ, ਜਿਵੇਂ ਹੈਵੀ ਸਨੋਫਾਲ ਹੋ ਗਈ ਜਿਵੇਂ ਜਦੋਂ ਆਪਾਂ ਜ਼ਿਆਦਾ ਐਕਸਟ੍ਰੀਮ ਕੰਡੀਸ਼ਨ 'ਚ ਹੁੰਦੇ, ਹੈਵੀ ਸਨੋਫਾਲ ਹੋ ਗਈ ਜਾਂ ਮੱਡ ਹੋ ਗਈ, ਅਤੇ ਜ਼ਿਆਦਾ ਹੀ ਮਤਲਬ ਸਲੋ ਕਰਨੀ ਆ, ਅਤੇ ਉਹ ਹੁੰਦਾ ਆਪਣਾ ਲੋ ਗੇਅਰ। ਲੋ ਗੇਅਰ 'ਚ ਪਾਵਰ 50-50 ਹੁੰਦੀ ਆ, ਪਰ ਇਹਦੇ 'ਚ ਸਪੀਡ ਆਪਣੀ ਕੁਛ ਇਸ ਤਰ੍ਹਾਂ ਦਾ ਹੀ ਆ, ਮਤਲਬ ਇਹ ਆਲ ਟਾਈਮ 4-wheel ਡਰਾਈਵ ਹੈ, 2-wheel ਕਦੇ ਵੀ ਨਹੀਂ ਹੁੰਦੀ, ਮਤਲਬ ਇਹਦਾ ਨਿਊਟਰਲ, ਜੇ ਆਪਾਂ ਇਹਨੂੰ ਨਿਊਟਰਲ ਕਰ ਦਾਂਗੇ ਤਾਂ ਇਹ 4x4 ਵੀ ਨਹੀਂ ਚੱਲਣੀ, 4x2 ਵੀ ਨਹੀਂ ਚੱਲਣੀ, ਗੇਅਰ ਪਾਈ ਜਾਓ ਇਹ ਚੱਲਣੀ ਨਹੀਂ, ਕਾਰ ਤੁਰਨੀ ਨਹੀਂ। ਅਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਪਿੰਡ।
ਕੁਛ ਇਸ ਤਰ੍ਹਾਂ ਦਾ ਇਨਕਲਾਈਨ ਐਂਗਲ ਆਉਂਦਾ ਮਤਲਬ ਵੀਡੀਓ ਤੇ ਨਾ ਬਹੁਤ ਘੱਟ ਦਿਖ ਰਿਹਾ ਤੇ ਪਿੱਛੋਂ ਬਹੁਤ ਹੀ ਜ਼ਿਆਦਾ ਚੜ੍ਹਾਈ ਚੜ੍ਹ ਕੇ ਆਈ ਆ ਪਿੱਛੇ ਟਿੱਬਾ ਦੇਖੋ ਇਹਦੇ ਤੋਂ ਉਤਰੀ ਆ ਤੇ ਅੱਜ ਮੰਨ ਗਏ ਫੋਰਚੂਨਰ ਦਾ ਵੀ 4x4 ਬਹੁਤ ਤਕੜਾ ਇੱਕ ਵਾਰੀ ਵੀ ਇਹਨੇ ਮੈਨੂੰ ਦਿੱਕਤ ਪਰੇਸ਼ਾਨੀ ਨਹੀਂ ਦਿੱਤੀ ਮਤਲਬ ਇੱਕ ਵਾਰੀ ਵੀ ਇਹਨੇ ਤੰਗ ਨਹੀਂ ਕੀਤਾ ਤੇ ਬਹੁਤ ਵਧੀਆ ਚੜ੍ਹ ਗਈ ਉੱਤੇ ਲੋਅ 'ਚ ਚੜ੍ਹਾਈ ਸੀ ਤੇ ਹੁਣ ਹਾਈ ਲਾਇਆ ਵਿਆ ਤੇ ਇੱਥੇ ਤਾਂ ਨੋਰਮਲੀ ਆਹ ਟਿੱਬੇ ਤੋਂ ਚੜ੍ਹ ਕੇ ਆਈ ਆ ਉੱਤੇ ਜਾਵਾਂ ਇਸ ਪੀਕ 'ਤੇ ਗਈ ਸੀ ਪੀਕ ਤਾਂ ਪਹਾੜਾਂ ਦਿੰਦੀ ਚਲੋ ਟਿੱਬੇ ਦੇ ਉੱਪਰ ਗਈ ਸੀ ਪੂਰੀ ਤੇ ਹੁਣ ਆਪਾਂ ਇੱਧਰ ਵੀ ਤੁਹਾਨੂੰ ਮੈਂ ਚੜ੍ਹਾ ਕੇ ਦਿਖਾਉਂਦਾ ਇਹ ਇੱਧਰਲੀ ਸਾਈਡ 'ਤੇ ਪਹਿਲਾਂ ਤਿੰਨ ਰਾਹ ਇੱਥੋਂ ਦੇ ਇੱਕ ਆਹ ਵਾਲਾ ਇੱਕ ਉਹ ਵਾਲਾ ਹਾਈ ਤੇ ਨਹੀਂ ਚੜੀ ਹੁਣ ਲੋਅ ਲਾ ਕੇ ਚੜਾਉਂਦੇ ਹਾਂ ਪੂਰੀ ਡਿਟੇਲ ਅਸੀਂ ਵਲੋਗ ਦੇ ਨੈਕਸਟ ਪਾਰਟ 'ਚ ਦਿਖਾਉਣ ਲੱਗੇ ਹਾਂ ਅਤੇ ਪਹਿਲਾਂ ਕਾਰ ਜਿਹੜੀ ਸੀਗੀ ਉਹ ਬਹੁਤ ਲਿਬੜੀ ਸੀ ਅਸੀਂ ਬਾਹਰੋਂ ਦਿਖਾਈ ਨਹੀਂ ਅਤੇ ਹੁਣ ਪੂਰੀ ਵਾਸ਼ ਕਰਕੇ ਅਸੀਂ ਕਾਰ ਦਿਖਾਉਣ ਲੱਗੇ ਹਾਂ ਬਾਹਰੋਂ ਅਤੇ ਕੁਛ ਇਸ ਤਰ੍ਹਾਂ ਦੀ ਇਹਦੀ ਕੰਡੀਸ਼ਨ ਆ ਪਹਿਲਾਂ ਇੱਥੇ ਜਿਹੜੇ ਉਹ ਸਾਈਡ 'ਤੇ ਉਹ ਲੱਗੇ ਹੋਏ ਸੀ ਇਹ ਰਬਿੰਗ ਵੱਜ ਕੇ ਠੀਕ ਹੋ ਜਾਣਗੇ ਅਤੇ ਇੱਧਰਲੀ ਸਾਈਡ ਸਾਰੀ ਓਰਿਜਨਲ ਆ ਇਹਦੀ ਅਤੇ ਬਾਕੀ ਇਹਦਾ ਜਿਹੜਾ ਪੀਸ ਪੇਂਟ ਆ ਉਹ ਮੈਂ ਤੁਹਾਨੂੰ ਦਿਖਾਉਂਦਾ ਇੱਥੋਂ ਇਹਦੀ ਫਿਟਿੰਗ ਹੋਣ ਵਾਲੀ ਆ ਅਤੇ ਆਫ ਵਾਈਟ ਕਲਰ ਇੱਕ ਬੰਪਰ ਨਵਾਂ ਪਊਗਾ ਕਿਉਂਕਿ ਇਹਦੇ ਨਾਲ ਲੈਗ ਗਾਰਡ ਲੱਗਿਆ ਹੋਇਆ ਸੀਗਾ ਜਿਹੜਾ ਅੱਗੇ ਲੱਗਿਆ ਹੁੰਦਾ ਉਹ ਮੈਂ ਤੁਹਾਨੂੰ ਪਹਿਲਾਂ ਫੋਟੋਆਂ ਵਲੌਗ 'ਚ ਪਾ ਦੂੰਗਾ ਅਤੇ ਉਹਦੇ ਕਰਕੇ ਜਿਹੜੀਆਂ ਮੋਰੀਆਂ ਬੰਦ ਕਰਨੀਆਂ ਪਈਆਂ ਅਤੇ ਹੁਣ ਚੇਂਜ ਹੋ ਜਾਊਗਾ ਬੰਪਰ ਸਾਰਾ ਦੁਬਾਰਾ ਨਵਾਂ ਲੱਗ ਕੇ ਅਤੇ ਇੱਕ ਧੁੱਪ ਦੇ ਕਾਰਨ ਇਹਦਾ ਇਸ ਚੀਜ਼ ਦਾ ਰੰਗ ਉੱਡ ਗਿਆ ਇਹ ਕਲਰ ਕਰਾਉਣਾ ਪਊਗਾ ਸਾਰਾ ਅਤੇ ਬਾਕੀ ਇਹਦਾ ਇੱਥੋਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਜਿਹੜੀ ਪਿਛਲੀ ਵਾਰੀ ਆ ਉਹਦਾ ਕਲਰ ਅੱਡ ਆ ਰਿਹਾ ਅਗਲੀ ਦਾ ਅੱਡ ਆ ਰਿਹਾ ਇਹ ਵਾਰੀ ਇਹਦੀ ਪੇਂਟ ਆ ਬਾਕੀ ਸਾਰੀ ਕਾਰ ਓਰਿਜਨਲ ਆ ਇਕੱਲੀ ਆਹ ਵਾਰੀ ਇਹਦੀ ਪੇਂਟ ਆ ਜਿਹੜੀ ਫਰੰਟ ਆ ਇੱਥੋਂ ਤੁਹਾਨੂੰ ਸਾਈਡ 'ਤੇ ਪਤਾ ਲੱਗ ਗਿਆ ਹੋਊਗਾ ਬਈ ਉਹ ਵਾਰੀ ਦਾ ਕਲਰ ਅੱਡ ਆ ਇਹਦਾ ਅੱਡ ਆ ਬਾਕੀ ਏ ਟੂ ਜੈਡ ਸਾਰੀ ਕਾਰ ਓਰਿਜਨਲ ਆ ਤੁਸੀਂ ਜੇ ਕਿਸੇ ਨੂੰ ਨਹੀਂ ਬਾਹਲਾ ਸਮਝ ਆਉਂਦਾ ਬਈ ਕਾਰ ਦਾ ਕਲਰ ਕਿਵੇਂ ਚੈੱਕ ਕਰਨਾ ਤਾਂ ਤੁਸੀਂ ਐਂ ਕਰਕੇ ਫੋਨ 'ਤੇ ਵੀਡੀਓ ਬਣਾ ਕੇ ਦੇਖ ਸਕਦੇ ਹੋ ਅਤੇ ਆਹ ਕੁਛ ਕਿ ਇਹਦੇ ਸੁੱਕੇ ਡੈਂਟ ਆ ਇਹਦੇ ਨਾ ਹਾਕੀਆਂ ਨਾਲ ਇਹ ਗੱਡੀ ਕੋਈ ਤੋੜ ਗਿਆ ਸੀ ਇੱਧਰੋਂ ਇੱਕ ਤਾਂ ਇਹਦੇ ਆਹ ਸ਼ੀਸ਼ੇ ਪਏ ਵੇ ਆ ਦੋਵੇਂ ਅਤੇ ਅਗਲੀ ਵਾਰੀ ਥੋੜ੍ਹੀ ਜਿਹੀ ਡੈਂਟ ਡੁੰਟ ਕੱਢ ਕੇ ਕਲਰ ਕਰਾਈ ਵੀ ਆਹ ਓਰਿਜਨਲ ਹੀ ਰੱਖਿਆ ਇਹਨਾਂ ਨੇ ਇੱਥੇ ਕੋਈ ਹਾਕੀ ਮਾਰ ਗਿਆ ਸੀ ਅਤੇ ਇੱਥੇ ਅਤੇ ਬਾਕੀ ਕਾਰ ਸਾਰੀ ਇਸ ਤਰ੍ਹਾਂ ਦੀ ਇੱਧਰਲੀ ਸਾਈਡ ਤੋਂ ਹੁਣ ਤੁਹਾਨੂੰ ਕਾਰ ਦਾ ਮੈਂ ਇੰਟੀਰੀਅਰ ਦਿਖਾਉਂਦਾ ਕੁਛ ਇਸ ਤਰ੍ਹਾਂ ਦਾ ਇੰਟੀਰੀਅਰ ਇਹਦਾ ਲੋਅ ਗੇਅਰ ਆ ਇਹ ਹੁੰਦਾ ਮਤਲਬ ਇੱਥੇ ਆ ਕੇ ਪੈਂਦਾ ਇਹ ਲੋਅ ਗੇਅਰ ਆ ਇੱਧਰ ਲੋਅ ਗੇਅਰ ਐਂਡ ਫਿਰ ਸੈਕਿੰਡ ਗੇਅਰ 'ਚ ਆ ਜਾਂਦੀ ਹੈ ਮਤਲਬ ਇਹ ਐਂ ਹੁੰਦਾ ਫਸਟ ਵਾਲੀ ਲੋਅ 'ਤੇ ਹੀ ਲੋਅ 'ਚ ਹੀ ਰਹੂਗੀ ਸੈਕਿੰਡ ਮਤਲਬ ਫਸਟ ਸੈਕਿੰਡ ਚੇਂਜ ਕਰੂਗੀ ਉਦੋਂ ਅੱਗੇ ਨਹੀਂ ਜਾਊਗੀ ਇਹ ਥਰਡ ਆ ਗਿਆ ਇੱਥੇ ਅਤੇ ਇਹ 4 ਆ ਗਿਆ ਇੱਧਰ ਡਰਾਈਵ ਆ ਗਿਆ ਮਤਲਬ ਇਹ 5 ਗੇਅਰ ਤੱਕ ਜਾਊਗੀ ਇੱਧਰ ਨੂੰ ਕਰਦੇ ਹਾਂ 4 ਗੇਅਰਾਂ ਤੱਕ ਹੀ ਜਾਊਗੀ ਅਤੇ ਇੱਥੇ 3 ਗੇਅਰਾਂ ਤੱਕ ਹੀ ਜਾਊਗੀ ਅਤੇ ਇੱਥੇ ਨਿਊਟਲ ਆ ਗਿਆ ਨਿਊਟਲ 'ਤੇ ਜੇ ਆਪਾਂ 4x4 ਨੂੰ ਇੰਗੇਜ ਕਰਨਾ ਮਤਲਬ ਉਹ ਤੁਹਾਨੂੰ ਮੈਂ ਇਹ ਜਿਹੜਾ ਹੈਗਾ 70-30 ਆ ਰੀਅਰ ਵੀਅਰ 70% ਵਰਕ ਕਰਦੇ ਅਤੇ ਅਗਲੇ 30 ਅਤੇ ਇੱਥੇ ਕਰਦਾ ਇਹ 50-50 ਹੋ ਜਾਂਦੀ ਹੈ ਪਾਵਰ ਦੋਵੇਂ ਅਗਲੇ ਪਿਛਲੇ ਟਾਇਰਾਂ 'ਚ ਆਹ ਨਿਊਟਲ ਆ ਗਿਆ ਅਤੇ ਇੱਥੇ ਲੋਅ ਗੇਅਰ ਹੋ ਗਿਆ ਮਤਲਬ 50-50 ਪਾਵਰ 'ਚ ਗੇਅਰ ਲੋਅ ਆ ਜਾਂਦਾ ਅਤੇ ਇਹ ਹੁਣ ਨਿਊਟਲ 'ਤੇ ਕਰ ਸਕਦੇ ਹਾਂ ਹੁਣ ਮੈਂ ਫਿਰ ਇਹਨੂੰ ਹਾਈ 'ਚ ਕਰਤਾ ਦੈਨ ਇਹ ਰਿਵਰਸ ਆ ਗਿਆ ਇੱਥੇ ਅਤੇ ਇਹ ਪਾਰਕਿੰਗ 'ਚ ਆ ਗਈ ਇਹਦਾ ਟਰੈਕਸ਼ਨ ਕੰਟਰੋਲ ਆ ਇੱਥੋਂ ਆਪਾਂ ਔਨ ਕਰ ਸਕਦੇ ਹਾਂ ਹੁਣ ਮਤਲਬ ਇਹ ਆਫ ਹੋ ਗਿਆ ਟਰੈਕਸ਼ਨ ਆਫ ਇੱਥੋਂ ਔਨ ਆ ਇਹ ਜੇ ਆਪ ਲਾਈਟ ਨਹੀਂ ਆਉਂਦੀ ਤਾਂ ਔਨ ਹੁੰਦਾ ਨਹੀਂ ਤਾਂ ਆਫ ਹੁੰਦਾ
ਤੇ ਬਾਕੀ ਫੀਚਰ ਤਾਂ ਰੀਅਲ ਕੂਲ ਵਗੈਰਾ ਸਾਰਾ ਉਹਦੇ ਨਾਲ ਦਾ ਹੀ ਆ। ਬਾਕੀ ਫੀਚਰ ਤਾਂ ਦੇਖਿਆ ਇੱਕ ਤਾਂ ਆਏ ਆ, ਜੇ ਆਪਾਂ ਲਾਈਟਾਂ ਆਟੋਮੈਟਿਕ ਤੇ ਰੱਖੀਆਂ ਹੋਈਆਂ ਹੁਣ ਤਾਂ ਜਿਹਨੂੰ ਐਂ ਕਰ ਦਾਂਗੇ ਤਾਂ ਗ੍ਰੀਨ ਹੋ ਜਾਂਦਾ ਕਿਉਂਕਿ ਦਿਨੇ ਤਾਂ ਗ੍ਰੀਨ ਆਉਂਦਾ ਤੇ ਰਾਤ ਨੂੰ ਥੋੜ੍ਹਾ ਬਲੈਕ ਆਉਂਦਾ ਕਿਉਂਕਿ ਗ੍ਰੀਨ ਅੱਖਾਂ 'ਚ ਵੱਜਦਾ। ਆਹ ਚੀਜ਼ ਸੋਹਣੀ ਲੱਗਦੀ ਆ, ਆਮ ਜਿਹੜੀ 14 ਮਾਡਲ ਥੱਲੇ ਆ ਉਹ ਹਰੇਕ ਬੰਦੇ ਦਾ ਆਹ ਚੀਜ਼ 'ਤੇ ਹੁੰਦਾ।